ਮੇਰੇ ਦਾਦਾ ਨੇ ਘਰ ਚੜਿਆ ਕੰਮ ਕਾ ਚੁੰਨੀ ਦਰਗਾਰਿਆ ਮੈਂ ਮੇਰੇ ਬਾਪੂ ਕੀ ਡਿਊਟੀ ਲੱਗੀ ਸੀ ਕੱਸੀ ਗੇਲ ਤਗਾਰਾ ਮੈਂ ਉਸ ਕੜੀ ਵਾਲੇ ਘਰ ਕੀ ਯਾਰੋ ਨਿਆਰੀ ਰੌਣਕ ਥੀ ਸੁਣਨਾ ਅਗਰ ਆਪਕੋ ਲਗੇ ਤੋ ਕਿ ਮੈਂ ਆਪ ਸੱਚਾ ਬੋਲ ਰਹਾ ਹੂੰ ਉਸ ਕੜੀ ਵਾਲੇ ਘਰ ਕੀ ਯਾਰੋ ਨਿਆਰੀ ਸ਼ੀਲਕ ਥੀ ਸੈਕਟਰ ਵਾਲੀ ਕੋਠੀ ਮੈਂ ਮੇਰਾ ਨਹੀਂ ਲੱਗਦਾ ਜੀ ਜਿਹਨੇ ਤਾਲੀ ਨਹੀਂ ਵਜਾਈ ਨਾ ਦਿਲ ਉਨਕਾ ਵੀ ਨਹੀਂ ਲੱਗ ਰਿਹਾ ਇਬ ਸੈਕਟਰ ਵਾਲੀ ਕੋਠੀ ਮੈਂ ਮੇਰਾ ਨਹੀਂ ਲੱਗਦਾ ਜੀ ਕਿਉਂ ਨਹੀਂ ਲੱਗਦਾ ਕਿਉਂਕਿ ਮਾਜਕ ਉੱਚਾ ਕੀ ਪੀਸਿਆ ਕਰਤੀ ਉੜ ਹੱਥ ਬਟਾਇਆ ਕਰਤਾ ਮੈਂ ਸੁਣਨਾ ਸ਼ਿਵ ਭਾਈ ਸਾਹਿਬ ਗੁਪਤਾ ਜੀ ਮਾਜਬ ਸਾ ਕੀ ਪੀਸਿਆ ਕਰਦੀ ਹੱਥ ਬਟਾਇਆ ਕਰਤਾ ਮੈਂ ਅਰੇ ਇਤਨੇ ਛੋਟੇ ਸੇ 4 ਸਾਲ ਕੇ ਬੱਚੇ ਸੇ ਕਹਾਂ ਚਾਕੀ ਚਲਤੀ ਹੈ ਲੇਕਿਨ ਮਾਂ ਆਪਣੇ ਬੱਚੇ ਕੀ ਈਗੋ ਸੈਟਿਸਫਾਈ ਕਰਨੇ ਕੇ ਲਿਏ ਉਸਕੋ ਖੁਸ਼ ਕਰਨੇ ਕੇ ਲਿਏ ਕਹਿੰਦੀ ਹਾਂ ਬੇਟਾ ਹਾਂ ਬੇਟਾ ਤੂੰ ਹੀ ਘੁਮਾ ਰਹਾ ਹੈ ਬੇਟਾ ਤੂੰ ਹੀ ਘੁਮਾ ਰਹਾ ਹੈ ਆਪ ਜਾ ਕੇ ਚਾਕੀ ਚਲਾ ਕੇ ਦੇਖੀ ਤੀ ਮੈਨੇ ਪੁਰਾਣੀ ਮੇਰੇ ਤਾਂ ਇਹ ਵੀ ਨਾ ਚੱਲੀ ਮੈਂ ਇਤਨਾ ਛੋਟਾ ਕੈਸੇ ਚਲਾ ਲੇਤਾ ਤਾਂ ਮਾਂ ਚਲਾਤੀ ਥੀ ਇਸੀ ਲਈ ਕਹਾ ਹੈ ਮਨੋਹਰ ਰਾਣਾ ਸਾਹਿਬ ਨੇ ਵੀ ਕਿਸੀ ਕੇ ਹਿੱਸੇ ਮੇਂ ਮਕਾ ਆਇਆ ਕਿਸੀ ਕੇ ਦੁਕਾ ਆਈ ਮੈਂ ਘਰ ਮੇਂ ਸਭ ਸੇ ਛੋਟਾ ਥਾ ਮੇਰੇ ਹਿੱਸੇ ਮੇਂ ਮਾਂ ਆਈ ਮਾਂ ਜਬ ਚਾਕੀ ਪੀਸਿਆ ਕਰਤੀ ਹੱਥ ਬਟਾਇਆ ਕਰਤਾ ਮੈਂ ਫੇਰਿਆ ਕਰਤਾ ਭਾਈ ਗੰਡਾ ਸਾ ਅਰ ਗੇਰੇ ਲਾਇਆ ਕਰਤਾ ਮੈਂ ਫਿਰ ਖੋਰ ਮੈਂ ਲੁਕ ਜਾਤੇ ਤੇਰੇ ਸੈਕਟਰ ਮੈਂ ਕਦੀ ਨਹੀਂ ਲੱਗਦਾ ਜੀ ਬੋਹੀਏ ਮੈਂ ਤੇ ਰੋਟੀ ਲੈ ਕੇ ਗੁੜਕੀ ਗੇਲਿਆ ਖਾਣਾ ਰਹਿ ਅਰ ਬੈਠ ਗਜਿੰਦਰ ਸੋਚੇ ਕੈਸੇ ਆਵੇ ਟਾਈਮ ਪੁਰਾਣਾ ਰਹਿ ਮਿੱਤਰੋ ਮੁਝੇ ਬਚਪਨ ਕੀ ਵੋ ਖੁਸ਼ੀ ਅਬ ਤੱਕ ਯਾਦ ਹੈ ਜਬ ਪਾਣੀ ਮੇਂ ਮੇਰੇ ਵੀ ਜਹਾਜ਼ ਚਲਾ ਕਰਦੇ ਥੇ ਕਿਤਨਾ ਅਮੀਰ ਥਾ ਮੈਂ ਉਸ ਟਾਈਮ ਹੈ ਗੁਲਜ਼ਾਰ ਸਾਹਿਬ ਕਹਿੰਦੇ ਇਨ ਬੱਚੋ ਕੇ ਹਾਥੋਂ ਕੋ ਚਾਂਦ ਸਿਤਾਰੇ ਛੂਨੇ ਦੋ ਚਾਰ ਕਿਤਾਬੇ ਪੜ੍ਹ ਕੇ ਇਹ ਵੀ ਹਮ ਜੈਸੇ ਹੋ ਜਾਏਂਗੇ ਕੱਲ ਇੱਕ ਸ਼ੇਰ ਪੜ੍ਹ ਰਹਾ ਥਾ ਮੈਂ ਰਾਗੀਰੀ ਕੇ ਲੀ ਤਿਆਰੀ ਕਰ ਰਹਾ ਥਾ ਤਬ ਕਿ ਖਾਲੀ ਪੜਾ ਹੈ ਮੇਰੇ ਘਰ ਕੇ ਪਾਸ ਕੇ ਖੇਲ ਕਾ ਮੈਦਾਨ ਇੱਕ ਮੋਬਾਈਲ ਮੇਰੇ ਬੱਚੋ ਕੀ ਗੇਮ ਚੁਰਾ ਲੈ ਗਿਆ ਬੋਹੀਏ ਮੈਂ ਤੈ ਰੋਟੀ ਲੈ ਕੇ ਗੁੜਕੀ ਗੇਲਿਆ ਖਾਣਾ ਰਹਿ ਬੈਠ ਕੇ ਜਿੰਦਰ ਸੋਚੇ ਕੈਸੇ ਆਵੇ ਟਾਈਮ ਪੁਰਾਣਾ ਰਹਿ ਵਾ ਬਚਪਨ ਵਾਲੀ ਖੁਸ਼ੀ ਕਰੋੜਾ ਮੈਂ ਨਹੀਂ ਮਿਲਤੀ ਗਜਿੰਦਰ ਕੋ ਘਾਟ ਕਾ ਸੈਕਟਰ ਮੈਂ ਕਦੀ ਨਹੀਂ ਲੱਗਦਾ ਜੀ ਤਖਤੀ ਕਿਸ ਕਿਸ ਨੇ ਪਾਉਂਦੀ ਹੈ ਹੱਥ ਉਠਾਓ ਤਖਤੀ ਬਾਕੀ ਸਾਰੇ ਬਿਨਾਂ ਪੜ੍ਹੇ ਲਿਖੇ ਆ ਗਏ ਯਹਾਂ ਪੇ ਹਾਂ ਤਖਤੀ ਤਾਂ ਸਭ ਨੇ ਪਾਉਂਦੀ ਹੋਗੀ ਮਿੱਤਰੋ ਜੋ ਵਿਅਕਤੀ ਤਖਤੀ ਪੋਤ ਕੇ ਪੜ੍ਹ ਕੇ ਯਹਾਂ ਤੱਕ ਪਹੁੰਚਾ ਹੈ ਨਾ ਉਹ ਜ਼ਿੰਦਗੀ ਮੈਂ ਮਾਰ ਨਹੀਂ ਖਾ ਸਕਦਾ ਕਿਉਂਕਿ ਤਖਤੀ ਪੋਤਨੇ ਕਾ ਪ੍ਰੋਸੈਸ ਇਤਨਾ ਲੰਬਾ ਹੈ ਇਤਨਾ ਲੰਬਾ ਪ੍ਰੋਸੈਸ ਹੈ ਉਸਕੇ ਝੰਝਾਵਾਤ ਮੇਂ ਸੇ ਨਿਕਲ ਕੇ ਅਗਰ ਆਦਮੀ ਵਹਾਂ ਤੱਕ ਪਹੁੰਚ ਗਿਆ ਇੱਕ ਬਾਧਕ ਉੱਤਾ ਸੀ ਤਖਤੀ ਤੋਂ ਆਪਣੀ ਪੋਤੀ ਹੋ ਗਈ ਮੇਰੇ ਇੱਕ ਪਾਸੋਂ ਨਿਰਾਸ਼ ਤੱਕ ਦੀ ਆਈ ਮਾਂ ਦਵਾਤ ਮੈਂ ਸ਼ਾਹੀ ਫੁੱਲ ਭਰ ਕੇ ਦੇ ਦਿਆ ਕਰਤੀ ਹਮ ਪੂਰੀ ਠੁੱਕੀ ਹੋਣ ਦਵਾਤ ਲੈ ਜਾਇਆ ਕਰਦੇ ਖਿੰਡ ਵੀ ਜਾਇਆ ਕਰਤੀ ਪਰ ਟੋਪਾ ਦੋਸਤ ਦਰਵਾ ਕਰਦੇ ਇੱਕ ਭਾਈ ਉੱਤੇ ਟੋਪਾ ਦੇ ਦੇ ਹੈ ਨਾ ਤਖਤੀ ਪੋਤੀ ਸੱਤਰ ਮਾਰੇ ਵਾਲੇ ਖੋਬ ਬਣਾਈ ਸ਼ਾਹੀ ਰਹਿ ਹਰ ਡੰਡੇ ਖਾਏ ਮਾਸਟਰ ਕੇ ਫਿਰ ਜਾ ਕੇ ਆਈ ਪੜ੍ਹਾਈ ਰਹਿ ਆਜ ਮਾਸਟਰ ਡੰਡੇ ਮਾਰਦੇ ਮਾਂ ਬਾਪੂ ਦੋਨੋਂ ਸੰਗੇ ਹਾਊ ਕੈਨ ਯੂ ਸਲੈਪ ਬਾਈ ਬੋਏ ਦਿਸ ਇਜ਼ ਨੋਟ ਡਨ ਮੈਮ ਨੋ 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 ਵੀ ਆਰ ਪੇਇੰਗ 1.5 ਲੈਕਸ ਫੋਰ ਅ ਇਅਰ ਬੱਚੇ ਕੋ ਪਿਟਰੀ ਨਹੀਂ ਦੇਣਾ ਚਾਹਤੇ ਗੁਰੂ ਸ਼ਿਸ਼ਯ ਪਰੰਪਰਾ ਤੋਂ ਬਿਲਕੁਲ ਹੀ ਭੁੱਲ ਚੁੱਕੇ ਹਾਂ ਇੱਕ ਮੈਡਮ ਨੇ ਡਰਦੇ ਡਰਦੇ ਬੱਚੇ ਦੀ ਕਾਪੀ ਪੇ ਲਿਖ ਦਿਆ ਬੱਚੇ ਕੋ ਲੈਣਾ ਨਹਿਲਾ ਕੇ ਭੇਜਾ ਕਰੋ ਇਸ ਮੇਂ ਸੇ ਬਾਂਸ ਆਤੀ ਹੈ ਉਸਕੀ ਮਾਂ ਨੇ ਲਿਖ ਕੇ ਭੇਜ ਦਿਆ ਤੂੰ ਪੜ੍ਹ ਕਰ ਪੜ੍ਹਾਇਆ ਕਰ ਸੁਣ ਜਾ ਨਾ ਕਰ ਤਖਤੀ ਪੋਤੀ ਸੱਤਰ ਮਾਰੇ ਮੈਨੂੰ ਖੂਬ ਬਣਾਈ ਸ਼ਾਹੀ ਰੰਡੇ ਖਾਏ ਮਾਸਟਰ ਕੇ ਫਿਰ ਜਾ ਕੇ ਆਈ ਪੜ੍ਹਾਈ ਰਹਿ ਇਹਨੂੰ ਮੇਰੀ ਤਖਤੀ ਰੋਵੇ ਪੋਤ ਮਨ ਮੇਰੀ ਤਖਤੀ ਰੋਵੇ ਪੋਤ ਮਨ ਲਿਆ ਮੁਲਤਾਨੀ ਮਾਟੀ ਗਜਿੰਦਰ ਕੋ ਘਾਟ ਕਾ ਸੈਕਟਰ ਮੈਂ ਕਦੀ ਨਹੀਂ ਲੱਗਦਾ
हम सबकी ड्यूटी लागिया करती खेता में, लगते भारे धस जाते थे सारे वालू रेता में, फिर कुएं पे ना के खाते थे रोटी धर के घी, गजेंद्र को डाटो से धर्म गति नहीं लागता, गजेंद्र को डाटो सेक्टर में गति नहीं लागता।